ਆ ਕਵਰ ਕਰ ਸਾਰਾ ਓਏ ਬੋਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਇਸ ਟਾਈਮ ਮੌਜੂਦ ਹੈਗੇ ਆਨੰਦਪੁਰ ਸਾਹਿਬ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਜੇ ਮੈਂ ਤੁਹਾਨੂੰ ਦਿਖਾਵਾਂ ਵੀ ਇੱਧਰ ਤੁਸੀਂ ਦੇਖ ਲਓ ਨਾਲ ਸਾਹਮਣੇ ਕਿਲਾ ਆਨੰਦਗੜ੍ਹ ਹੈਗਾ ਤੇ ਇੱਧਰ ਕੇਸਗੜ੍ਹ ਸਾਹਿਬ ਹੈਗਾ ਇੱਧਰ ਆ ਟ੍ਰੈਫਿਕ ਦਿਖਾ ਦੇ ਬਈ ਇੱਧਰ ਮੇਨ ਹਾਈਵੇ ਹੈਗਾ ਮੇਲਾ ਹੈਗਾ ਮੇਨ ਟ੍ਰੈਫਿਕ ਹਾਈਵੇ ਹੈਗਾ ਮੇਨ ਤੇ ਤੁਸੀਂ ਦੇਖੋ ਬਈ ਜਗ੍ਹਾ ਜਗ੍ਹਾ ਆਨੰਦਪੁਰ ਸਾਹਿਬ ਬਿਮਾਰੀ ਫੈਲਣ ਦਾ ਪੂਰਾ ਖਤਰਾ ਹੈਗਾ ਤੇ ਰੋਪੜ ਜਿਹੜੀ ਪ੍ਰਸ਼ਾਸਨ ਦੀ ਕਰਤੂਤ ਤੁਸੀਂ ਦੇਖ ਲਓ ਵੀ ਆਨੰਦਪੁਰ ਸਾਹਿਬ ਹਾਈਵੇ ਤੇ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਪਏ ਨੇ ਆਹ ਬਿਲਕੁਲ ਦੇਖੋ ਇੱਧਰ ਹੋ ਜਾਓ ਜੀ ਆਹ ਦਿਖਾ ਵੀ ਲੰਬੇ ਇੱਥੇ ਦੇਖੋ ਵੀ ਇੱਧਰ ਮੇਨ ਹਾਈਵੇ ਹੈਗਾ ਮੇਨ ਹਾਈਵੇ ਦੇ ਨਾਲ ਨਾਲ ਗੰਦਗੀ ਦੇ ਸਗਾ ਜਿੱਥੇ ਪਾਰਕ ਹੈ ਉੱਥੋਂ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਰੇਲਵੇ ਸਟੇਸ਼ਨ ਦੇ ਬੱਸ ਸਟੈਂਡ ਤੱਕ ਜਗ੍ਹਾ ਜਗ੍ਹਾ ਜਿਹੜੇ ਗੰਦਗੀ ਦੇ ਢੇਰ ਆ ਇੱਧਰ ਮੈਂ ਤੁਹਾਨੂੰ ਦਿਖਾ ਰਿਹਾ ਵੀ ਨਾਲ ਉਹ ਪੀਣੇ ਵਾਲੇ ਪਾਣੀ ਦੀਆਂ ਟੂਟੀਆਂ ਦਿਖਾ ਦੇ ਬਈ ਆਹ ਗੰਦਗੀ ਦੇ ਨਾਲ ਬਿਲਕੁਲ ਇਹ ਪਾਣੀ ਦੀਆਂ ਟੂਟੀਆਂ ਲੱਗੀਆਂ ਹੋਈਆਂ ਨੇ ਆਹ ਦੇਖੋ ਇਹ ਸਾਰੀਆਂ ਪਾਣੀ ਦੀਆਂ ਟੂਟੀਆਂ ਪੀਣੇ ਵਾਲਾ ਪਾਣੀ ਇੱਧਰ ਹੇਠਾਂ ਨਾਲ ਗੰਦਾ ਨਾਲਾ ਦੇਖੋ ਸਿਰੇ ਤੱਕ ਗੰਦਗੀ ਦੇ ਢੇਰ ਨੇ ਇਹ ਪ੍ਰਸ਼ਾਸਨ ਹਲੇ ਇਹ ਮੈਨੂੰ ਲੱਗਦਾ ਇਹ ਪੁਰਾਣੀ ਸਰਕਾਰ ਦੀਆਂ ਕਰਤੂਤਾਂ ਦੇਖ ਲਓ ਵੀ ਨਵੀਂ ਸਰਕਾਰ ਨੂੰ ਤਾਂ ਹਲੇ ਮੌਕਾ ਨਹੀਂ ਮਿਲਿਆ ਸਮਾਂ ਨਹੀਂ ਮਿਲਿਆ ਉਹਨਾਂ ਨੇ ਹਲੇ ਸੌ ਨਹੀਂ ਚੱਕੀ ਉਹਨਾਂ ਨੂੰ ਆਪਾਂ ਕਹਿ ਨਹੀਂ ਸਕਦੇ ਲੇਕਿਨ ਜਿਹੜੀ ਪੁਰਾਣੀ ਸਰਕਾਰ ਦੀਆਂ ਕਰਤੂਤਾਂ ਦੇਖ ਲਓ ਇਹ ਪ੍ਰਸ਼ਾਸਨ ਇੱਥੇ ਦੀ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਪਤਾ ਵੀ ਹੋਲਾ ਮਹੱਲਾ ਆ ਗਿਆ ਗੰਦਗੀ ਦੇ ਢੇਰ ਤੁਸੀਂ ਆਪਣੇ ਆਪ ਆ ਕੇ ਦੇਖ ਲਓ ਇਹ ਰੋਡ 'ਤੇ ਜਾਂ ਤੁਸੀਂ ਪਾਰਕ ਤੋਂ ਲੈ ਕੇ ਬੱਸ ਸਟੈਂਡ ਤੱਕ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਕੋਈ ਸੁਣਵਾਈ ਨਹੀਂ ਇਹ ਜਿਹੜੀ ਹੋ ਰਹੀ ਇਹ ਇੱਥੇ ਬਦਬੂ ਮਾਰਦੀ ਹੈ ਨਾਲ ਪੈਦਲ ਸੰਗਤ ਜਾ ਰਹੀ ਹੈਗੀ ਹੈ ਬਈ ਬੁਰਾ ਹਾਲ ਹੈ ਮੈਂ ਤੁਹਾਨੂੰ ਸਾਰੇ ਪ੍ਰਸ਼ਾਸਨ ਨੂੰ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਆਪਣੇ ਸੱਜਣਾਂ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਇਹ ਜ਼ਰੂਰ ਸ਼ੇਅਰ ਕਰਿਓ ਪਲੀਜ਼ ਵੀਡੀਓ ਨੂੰ ਵੀ ਤਾਂ ਕਿ ਜਿਹੜਾ ਇਹ ਪ੍ਰਸ਼ਾਸਨ ਹੈ ਇਹ ਸੁੱਤਾ ਪਿਆ ਕੁੰਭ ਦੀ ਨੀਂਦ ਕੁੰਭਕਰਨ ਦੀ ਨੀਂਦ ਪਿਆ ਇਹਨੂੰ ਜਾਗ ਆ ਜਾਵੇ ਬੁਰੀ ਹਾਲਤ ਹੈ ਇੱਥੇ ਗੰਦਗੀ ਬਦਬੂ ਆ ਰਹੀ ਹੈ ਇੱਥੇ ਨੂੰ ਲੱਖਾਂ ਸੰਗਤਾਂ ਆ ਰਹੀਆਂ ਨੇ ਹਲੇ ਕੱਲ੍ਹ ਨੂੰ ਆਨੰਦਪੁਰ ਸਾਹਿਬ ਹੋਲਾ ਮਹੱਲਾ ਸ਼ੁਰੂ ਹੋਣਾ ਇਹ ਗੰਦਗੀ ਦੇ ਢੇਰ ਦੇਖ ਲਓ ਇੱਥੇ ਬਹੁਤ ਸਾਰੇ ਹੋਰ ਖੜੇ ਨੇ ਸੰਗਤਾਂ ਦੇ ਵਿਚਾਰ ਸੁਣੋ ਬਾਬਾ ਜੀ ਤੁਸੀਂ ਦੱਸੋ ਗੰਦਗੀ ਬਾਰੇ ਬੋਲੋ ਇਹ ਭਾਈ ਸਾਹਿਬ ਮੱਦੋ ਕਹਿੰਦੇ ਨੇ ਇਹਨਾਂ ਦਾ ਵੀ ਇੱਥੇ ਲੰਗਰ ਹੈ ਨਾਲ ਲੰਗਰ ਚੱਲ ਰਹੇ ਨੇ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਲੇਕਿਨ ਗੰਦਗੀ ਦੇ ਢੇਰ ਦੇਖੋ ਤੁਸੀਂ ਬੋਲੋ ਦੱਸੋ ਜੀ ਹਾਈਵੇ ਤੇ ਬਹੁਤ ਵੱਡਾ ਇਹਨਾਂ ਦਾ ਗੰਦ ਪਾਇਆ ਪਿਆ ਇਸ ਕਰਕੇ ਪ੍ਰਸ਼ਾਸਨ ਨੂੰ ਆਪ ਚਾਹੀਦਾ ਕਿ ਪਹਿਲਾਂ ਪ੍ਰਬੰਧ ਕਰਨਾ ਪਹਿਲਾਂ ਪ੍ਰਬੰਧ ਪ੍ਰਸ਼ਾਸਨ ਦਾ ਹੁੰਦਾ ਇਸ ਕਰਕੇ ਹੋਲਾ ਮਹੱਲਾ ਕੱਲ੍ਹ ਨੂੰ ਸ਼ੁਰੂ ਹੋ ਜਾਣਾ ਗੰਦਗੀ ਜਿੰਨੀ ਵੀ ਨਾਲੇ ਦੀ ਕੱਢੀ ਵੀ ਆ ਉੱਤੇ ਹੀ ਪਈ ਆ ਗੰਗਾ ਤੱਕ ਪਈ ਆ ਇੱਧਰ ਕਾਲਜ ਤੱਕ ਪਈ ਆ ਅਸੀਂ ਸਾਰੇ ਥਾਈਂ ਜਾ ਆਏ ਹਾਂ ਸੋ ਬੇਨਤੀ ਹੈ ਸਾਡੀ ਕਿ ਭਾਈ ਇਹ ਛੇਤੋ ਛੇਤੀ ਚੱਕਿਆ ਜਾਵੇ ਸਫਾਈ ਹੋਵੇ ਇਸ ਕਰਕੇ ਇਹ ਰੋਡ ਵਧੀਆ ਚੱਲੇ ਵਧੀਆ ਇਹਦਾ ਪ੍ਰਬੰਧ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਆਹ ਸਾਡੇ ਨਾਲ ਹੋਰ ਵੀ ਨੇ ਬਜ਼ੁਰਗ ਤੁਸੀਂ ਵੀ ਦੱਸੋ ਜੀ ਆਹ ਜਿਹੜਾ ਗੰਦਗੀ ਪਈ ਹੈ ਸਿਰੇ ਤੱਕ ਵੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿਹਦੀ ਹੈ ਹੋਲੇ ਮਹੱਲੇ ਦਾ ਤਿਉਹਾਰ ਜਿਹੜਾ ਹੈ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਹੈ ਸਭ ਤੋਂ ਵੱਡਾ ਘੱਟ ਹੁੰਦਾ ਹੈ ਅਤੇ ਪ੍ਰਸ਼ਾਸਨ ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਦੇ ਵਿੱਚ ਟੈਲੀਵਿਜ਼ਨ ਦੇ ਵਿੱਚ ਗੱਲਾਂ ਕਰ ਰਹੇ ਹੋਲਾ ਮਹੱਲੇ ਦੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕਰ ਲਏ ਆ ਦੇਖੋ ਪ੍ਰਬੰਧਾਂ ਦਾ ਹਾਲ ਦੇਖੋ ਇੱਕ ਪਾਸੇ ਕਰੋਨਾ ਦੀ ਬਿਮਾਰੀ ਵੀ ਦਾ ਵੀ ਖਤਰਾ ਫੈਲਣ ਦਾ ਹੋ ਜਾਂਦਾ ਦੂਜੇ ਪਾਸੇ ਦੂਜੇ ਸੰਕ੍ਰਾਮਕ ਬਿਮਾਰੀਆਂ ਜਿਹੜੀਆਂ ਹੈ ਇਹ ਪ੍ਰਸ਼ਾਸਨ ਆਪ ਸੱਦਾ ਦੇ ਰਿਹਾ ਹੈ ਕਿਹੜੀ ਸਰਕਾਰ ਨੂੰ ਦੋਸ਼ ਦੇਈਏ ਇੱਕ ਪਹਿਲੀ ਸਰਕਾਰ ਸੀ ਉਹ ਕਹਿੰਦੇ ਅਸੀਂ ਚਲੇ ਗਏ ਨਵੀਂ ਸਰਕਾਰ ਕਹਿੰਦੀ ਅਸੀਂ ਸਹੁੰ ਚੁੱਕਣੀ ਹੈ ਪਰ ਪ੍ਰਸ਼ਾਸਨ ਜਿਹੜਾ ਪਰਮਾਨੈਂਟ ਹੁੰਦਾ ਹੈ ਉਹਦੀ ਇਹ ਜ਼ਿੰਮੇਵਾਰੀ ਹੈ ਅਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਹੈ ਪਹਿਲਾਂ ਵੀ ਕੀਤੀ ਹੈ ਹੁਣ ਵੀ ਆਹ ਜਿੰਨਾ ਗੰਦ ਪਿਆ ਹੈ ਇਹ ਤਾਂ ਇਹਨਾਂ ਨੂੰ ਜੇ ਚੱਕਣਾ ਚਾਹਣ ਤਾਂ ਇੱਕ ਦੋ ਤਿੰਨ ਗੱਡੀਆਂ ਦੇ ਵਿੱਚ ਭਰ ਕੇ ਲਿਜਾ ਸਕਦੇ ਪਰ ਲੱਗਦਾ ਨਹੀਂ ਇਹਨਾਂ ਦੀ ਕੋਈ ਇੰਟੈਂਸ਼ਨ ਹੈ ਇਹਨਾਂ ਦਾ ਪ੍ਰਸ਼ਾਸਨ ਦਾ ਸਿਰਫ ਜਿਹੜਾ ਕੰਮ ਹੁੰਦਾ ਹੈ ਕਿ ਇਹਨਾਂ ਨੇ ਬਿੱਲ ਪਾਉਣੇ ਹੈ ਵੱਡੇ ਵੱਡੇ ਬਿੱਲ ਪਾ ਕੇ ਹੋਲੇ ਮਹੱਲੇ ਦੇ ਨਾਂ ਦੇ ਉੱਤੇ
कमाइया करके घर जाना है, इस करके बेनती है कि गंद चकिया जाए, लोगों की सेहत का बकायदा। गंद बारे की बोलना चाहते कुछ दसो, देखो होले महल बोलो, दसो सरकार की हालत की है, बोलूंगे कोई हाल कल कसम खानी है मेरे ख्याल नहीं चलो, जी पुरानी सरकार की जिम्मेवारी प्रशासन की तो जिम्मेवारी बनती है। देखो गंदगी आप पीने वाला पानी, रोपड़ प्रशासन मुर्दाबाद, मुर्दाबाद मुर्दाबाद, रोपड़ प्रशासन मुर्दाबाद, मुर्दाबाद मुर्दाबाद। रोपड़ प्रशासन की जिम्मेवारी है बड़ी, जे इन्होंने असी इन्हों अल्टीमेटम देने, जे कल तक इन्होंने यह कोई एक्शन ना लिया गंदगी का, जेड़ा इतने असी कल प्रेस कॉन्फ्रेंस करके बकायदा ये देवे संगत को, इतने दिखावे सारिया संगत लिया करके बकायदा दिखाया जाऊगा। फिर देखो ये इतने चरण गंगा तक तुसी पार्क से शुरू होकर चरण गंगा तक लगातार जोड़ा देखो ये जे जे यात्रु ने पानी पी रहे ने, किमें संगत उधर दिखा बई किमें संगत पैदल आ रही ने सारिया, प्रशासन जिहड़ा रोपड़ जिले का डीसी एसडीएम इन्हां दी वड्डी जिहड़ी जिम्मेवारी है, इन्हां दी नाकामी देख लो, जगह जगह सड़क आनंदपुर साहब पट्टियां पईआं ने गंदगी दे ढेर लगे हुए, बीमारी फैलण दा पूरा ये जिहड़ा खतरा इत्थे बनिया वा नाला गंदा, कोई प्रशासन वल्लों इहदा ध्यान नहीं दिता गया। असीं 24 घंटे दे विच विच जे इन्हां वल्लों कोई एक्शन इत्थे ना साफ सफाई की गई तां कल नूं वड्डी रूप च असीं संगतां नूं लैके इत्थे धरना देवांगे, नाले दिखावांगे प्रशासन की करतूत है जिहड़ी, क्या हैगी इह बेनती है तुहानूं देख के जाइओ बिल्कुल। इह जे तुसीं आउंगे पार्क ते शुरू हो जाओ, पार्क ते खब्बी साइड ते नाल नाल नाला गंदा, पीण वाला पानी भी उत्थे, यह प्रशासन की बड़ी जिम्मेवारी है। मैं मीडिया नू सारे सज्जन मित्र कहूँगा वीडियो बद से बद शेयर करो ताकि जी प्रशासन ये साडा कुंभ की नींद सुत्ता पिया ये जागे। ये देखो गंदगी श्री आनंदपुर साहब, मैं थोड़ा दिखा रहा पवित्र धरती श्री आनंदपुर साहब होला महला, वाहगुरु जी का खालसा वाहगुरु जी की फतेह।